हाँ जी, सत श्री अकाल जी सारिआं नूं। मस्ताने मूवी हुणे वेख के हटे आ ते आपां उहदा फीडबैक लैणे सारिआं तों। हाई सी वधिया सी। हाँ जी भाई, बहुत वधिया वीर, बहुत वधिया लगी। ठीक आ जी, जो मूवी बहुत वधिया भाई, बहुत वधिया मूवी। कितना लगी मूवी जी? बहुत सोहणी मूवी लगी, बहुत वधिया। हाँ जी, सत श्री अकाल जी सारिआं नूं। मस्ताने मूवी हुणे वेख के हटे आ ते आपां उहदा फीडबैक लैणे सारिआं तों। किद्दां दी लगी आ जो पुछदे आ। हाँ जी भाई, किवें लगी मूवी भाई? हाँ जी भाई, किद्दां लगी मूवी? बहुत वधिया मेरे को। हाँ जी भाई, किवें लगी मूवी? नाइस सी, वधिया सी। हाँ ठीक आ जी। जो होर एक्सपेक्टेशन सी जिवें नदर शाह दा जिदा सुनिया सीगा ते ठीक है जी, अच्छी मूवी आ। बट एक्टिंग एक्टिंग की सब तो वधिया लगी? एक्टिंग ठीक है जी, तरसेम दसल दा वधिया रोल सीगा, बट ठीक सी इतिहास जो दिखाया आ, मतलब वधिया जी। ठीक ठीक है, थैंक यू। हाँ जी वीरे। हाँ जी भाई जी, किद्दां दी लगी भाई मूवी? बहुत वधिया फिल्म लगी जी। जिन्ने मांगदे उतों वी वध दे ने, के मतलब कि पुरातन ते हुण दी सेम कहानी दस रही है कि जो साडा पुरातन च होया उही हुण हो रहा। ते एक्टिंग किहदी वधिया लगी सब तों? एकदम सब दे वधिया, मतलब कि जसर दी बहुत सिरे कम दा। ठीक है, ਇਹ ਰਣਬੀਰ ਸਿੰਘ ਵਰਗਾ ਲੱਗਦਾ ਸੀਗਾ ਨਾ ਜਦੋਂ ਆਪਾਂ ਉਹਦੇ ਵਿੱਚ ਵੇਖਦੇ ਆ ਆਪਾਂ। ਬਿਲਕੁਲ ਬਿਲਕੁਲ ਬਿਲਕੁਲ, ਮਤ ਕਿ ਹਾਂਜੀ ਪਦਮਾਵਤੀ ਦੇ ਵਿੱਚ ਇਦਾਂ ਲੱਗਦਾ। ਬਿਲਕੁਲ ਬਿਲਕੁਲ, ਬਿਲਕੁਲ ਉਹਨੇ ਰਣਬੀਰ ਸਿੰਘ ਬੰਦਾ ਰਣਬੀਰ ਹਾਂਜੀ ਹਾਂਜੀ ਰਣਬੀਰ ਸਿੰਘ ਵਰਗੀ ਪੂਰੀ ਕੀਤੀ। ਹਾਂਜੀ, ਜਿੰਨੇ ਟਾਈਮ ਅੰਦਰ ਬੈਠਦੇ ਆ ਕਿ ਬੰਦਾ ਆਪਣੇ ਆਪ 'ਚ ਗੁਆਚ ਕੇ ਸਾਰਾ ਫਿਲਮ ਦੇ ਵਿੱਚ ਹੀ ਚੱਲ ਜਾਂਦਾ। ਹਾਂਜੀ ਹਾਂਜੀ ਬਿਲਕੁਲ, ਤੇ ਇਹ ਨਹੀਂ ਹੋ ਸਕਦਾ ਕਿ ਇੱਧਰ ਉੱਧਰ ਬੈਠਦਾ ਵੀ ਕਿਸੇ ਨੂੰ ਧਿਆਨ ਆਵੇ। ਹਾਂਜੀ, ਤੁਸੀਂ ਕਹਿਣਾ ਚਾਹੋਗੇ? ਬਹੁਤ ਵਧੀਆ ਫਿਲਮ ਸੀ। ਕਿੱਦਾਂ ਲੱਗੀ ਮੂਵੀ? ਵਧੀਆ, ਬਹੁਤ ਵਧੀਆ, ਬਹੁਤ ਜ਼ਿਆਦਾ ਵਧੀਆ। ਵੈਸੇ ਇਸ ਨੇ ਅੱਜ ਪ੍ਰੋਗਰਾਮ ਬਣਾਇਆ ਸੀ, ਮੇਰਾ ਭਤੀਜਾ ਹੈ। ਠੀਕ ਹੈ ਜੀ। ਅਤੇ ਇਸ ਨੇ ਬਸ ਲਾਸਟ ਮੂਮੈਂਟ ਦਾ ਟਾਈਮ ਬਣਾਇਆ, ਵੇਅਰ ਵੀ ਜਨਾ ਮਿਲੀ, ਫਿਰ ਇੱਥੇ ਇਹਨਾਂ ਨੇ ਕਿਹਾ ਵੀ ਜ਼ਰੂਰ ਦੇਖਣੀ। ਮੈਂ ਕਿਹਾ ਜ਼ਰੂਰ ਦੇਖ ਲਈ। ਓਕੇ, ਥੈਂਕ ਯੂ, ਥੈਂਕ ਯੂ ਬਾਈ। ਹਾਂਜੀ ਵੀਰੇ, ਕਿਵੇਂ ਲੱਗੀ ਮੇਰੀ ਮੂਵੀ? ਬਹੁਤ ਵਧੀਆ ਮੂਵੀ ਹੈ। ਹਾਂਜੀ ਵੀਰੇ, ਕਿਵੇਂ ਲੱਗੀ ਮੂਵੀ ਬਾਈ? ਬਹੁਤ ਵਧੀਆ ਜੀ। ਹਾਂਜੀ ਭਾਈ, ਬਹੁਤ ਹਾਂਜੀ, ਬਹੁਤ ਕਿਵੇਂ ਲੱਗੀ ਮੂਵੀ ਜੀ? ਹੋਰ ਬਾਈ, ਕਿੱਦਾਂ ਲੱਗੀ ਵੀਰੇ ਮੂਵੀ? ਬਹੁਤ ਵਧੀਆ, ਬਹੁਤ ਵਧੀਆ ਬਾਈ। ਹਾਂਜੀ ਬਾਈ ਜੀ, ਕਿਵੇਂ ਲੱਗੀ ਮੂਵੀ? ਬਹੁਤ ਵਧੀਆ ਭਾਜੀ, ਬਹੁਤ ਵਧੀਆ ਮੂਵੀ ਸੀ। ਹਾਂਜੀ ਵੀਰੇ, ਬਹੁਤ ਵਧੀਆ ਲੱਗੀ। ਕਿੱਦਾਂ ਲੱਗੀ ਵੀਰੇ? ਇਹ ਪੂਰਾ ਜੈਨੂਇਨ ਫੀਡਬੈਕ ਆ ਬਾਈ, ਇਹ ਕੋਈ ਉਦਾਂ ਨਹੀਂ ਹੈਗਾ ਕੋਈ ਆਪਾਂ ਪੇੜ ਹਨਾ ਕਰ ਰਹੇ। ਬਹੁਤ ਵਧੀਆ, ਹਾਂਜੀ ਹਾਂਜੀ, ਬਹੁਤ ਵਧੀਆ, ਬਹੁਤ ਵਧੀਆ। ਆਪਣੀ ਕੌਮ ਦੇ ਲਈ ਇੱਕ ਮੂਵੀ ਬਣਾਈ ਹੈ, ਬਹੁਤ ਵਧੀਆ ਹਨਾ। ਹਾਂਜੀ ਖਾਲਸਾ ਜੀ, ਖਾਲਸਾ ਵੀ ਫਤਿਹ ਜੀ। ਕਿਹੜੇ ਚੈਨਲ ਤੋਂ? ਕਿੱਦਾਂ ਲੱਗੀ ਮੂਵੀ ਜੀ? ਬਹੁਤ ਸੋਹਣੀ ਮੂਵੀ ਲੱਗੀ। ਇਹਦੀ ਆਪਣਾ ਲੋਕਲੀ ਹੈ, ਇਹਦੇ ਵਿੱਚ ਜੋ ਜਿੱਥੇ ਸਾਇੰਸ ਕਹਿੰਦੀ ਹੈ ਨਾ, ਡੀ ਐੱਨ ਏ ਚੇਂਜ ਨਹੀਂ ਹੁੰਦਾ। ਹਾਂਜੀ, ਇਸ ਫਿਲਮ ਦੇ ਵਿੱਚ ਦੇਖ ਸਕਦੇ ਹਾਂ ਕਿ ਇੱਕ ਨਕਲੀਆਂ ਦਾ ਡੀ ਐੱਨ ਏ, ਸੂਰਮਿਆਂ ਦਾ ਡੀ ਐੱਨ ਏ। ਹਾਂਜੀ ਹਾਂਜੀ ਬਿਲਕੁਲ, ਇੱਕ ਅਰਦਾਸ ਦੇ ਵਿੱਚ ਕਿੰਨੀ ਪਾਵਰ ਆ। ਹਾਂ, ਤੇ ਅਰਦਾਸ ਕਰਕੇ ਸਿੰਘਾਂ ਨੇ ਵੇਖ ਲਓ, ਜੇ ਕੋਈ ਸਿੱਖਾਂ ਦਾ ਕਿਰਦਾਰ ਝੂਠਾ ਵੀ ਧਾਰਨ ਕਰ ਲੈਂਦਾ ਨਾ, ਹਾਂਜੀ ਉਹ ਵੀ ਬੇਮਿਸਾਲ ਹੁੰਦਾ ਹੈ। ਬਿਲਕੁਲ, ਇਹ ਫਿਲਮ ਦੇ ਰਾਹੀਂ ਬਹੁਤ ਵਧੀਆ ਕੰਮ ਕੀਤਾ। ਹਾਂਜੀ, ਕਈ ਪੱਖਾਂ ਤੋਂ ਫਿਲਮ ਦੀ ਐਕਟਿੰਗ ਪੱਖ ਤੋਂ ਬਹੁਤ ਵਧੀਆ ਸੀ। ਹਾਂਜੀ, ਜਿਹੜੀ ਕਿ ਮੇਨ ਸਿੱਖ ਸੂਰਵੀਰਤਾ ਦਾ ਮੇਨ ਕਨਸੈਪਟ ਆ, ਹਾਂਜੀ ਹਾਂਜੀ, ਉਹ ਇਹ ਫਿਲਮ ਦੇ ਵਿੱਚ ਅਸੀਂ ਦੇਖ ਸਕਦੇ ਹਾਂ। ਹਾਂਜੀ ਬਿਲਕੁਲ, ਕਿ ਕਿੰਨਾ ਬਾਕਮਾਲ ਸੀ। ਨਹੀਂ ਨਹੀਂ ਬਿਲਕੁਲ, ਬਹੁਤ 5-6 ਲੈਂਗੁਏਜ ਦੇ ਵਿੱਚ ਫਿਲਮ ਬਣਾਈ ਆ ਤੇ ਬਹੁਤ ਅੱਗੇ ਤੱਕ ਜਾਊਗੀ, ਬਹੁਤ ਵਧੀਆ ਹੈ ਨਾ ਫਿਲਮ ਲੱਗੀ ਆ। ਹੋਰ ਬਾਈ, ਕਿਵੇਂ ਲੱਗੀ ਮੂਵੀ? ਬਹੁਤ ਚੜ੍ਹਦੀ ਕਲਾ ਵੀਰ ਜੀ, ਗੁਰੂ ਸਾਹਿਬ ਕਿਰਪਾ ਬਖਸ਼ੇ ਵਿਚਾਰੇ, ਬਹੁਤ ਸੋਹਣੀ ਫਿਲਮ ਬਣਾਈ ਜਾਂਦੀ। ਕਿਹਦੀ ਐਕਟਿੰਗ ਵਧੀਆ ਲੱਗੀ ਸਭ ਤੋਂ? ਗੁਰਪ੍ਰੀਤ ਘੁੱਗੀ ਜੀ ਦੀ ਐਕਟਿੰਗ ਸਭ ਤੋਂ ਵਧੀਆ ਲੱਗੀ ਜੀ ਭਾਅ ਜੀ। ਨਹੀਂ ਤਾਂ ਤਰਸੇਮ ਜੱਸਰ ਨੇ ਵੀ ਵਧੀਆ ਹੈ ਨਾ? ਤਰਸੇਮ ਜੱਸਰ ਦੀ ਐਕਟਿੰਗ ਵਧੀਆ ਸੀ, ਪਰ ਗੁਰਪ੍ਰੀਤ ਘੁੱਗੀ ਨੇ ਇੱਕ ਜਾਨ ਪਾਈ ਹੈ ਜੀ, ਜਾਨ ਪਾਈ ਹੈ। ਬਿਲਕੁਲ ਬਿਲਕੁਲ, ਕੋਈ ਸ਼ੱਕ ਨਹੀਂ, ਸਾਰੇ ਕਿਰਦਾਰ ਬਹੁਤ ਸੋਹਣੇ ਸੀ। ਵਾਹਿਗੁਰੂ ਚੜ੍ਹਦੀ ਕਲਾ ਰੱਖੇ ਨੇ ਸਭ ਨੂੰ ਭਾਈ, ਵਾਹਿਗੁਰੂ ਜੀ ਖਾਲਸਾ ਖਾਲਸਾ। ਹਾਂਜੀ ਹਾਂਜੀ, ਇਹ ਤੁਸੀਂ ਦੇਖ ਰਹੇ ਹੋ ਜੀ, ਆਪਾਂ ਇੱਥੇ ਵਿਲੇਜ ਸਿਨੇਮਾ ਮੈਲਬਨ ਦੇ ਵਿੱਚ। ਦੇਖੋ ਕਿੰਨੀ ਭੀੜ ਸੀ, ਪੂਰਾ ਆਲਮੋਸਟ ਜਿਹੜਾ ਫੁੱਲ ਹੀ ਸੀਗਾ। ਹਾਂਜੀ ਹਾਂਜੀ, ਕਿੱਦਾਂ ਲੱਗੀ ਵੀਰੇ ਮੂਵੀ? ਬਹੁਤ ਵਧੀਆ। ਮੈਂ ਇਹ ਕਹਿੰਦਾ ਬਈ, ਭਾਵਾਂ ਕੋਈ ਕੇਸ ਵੀ ਕਤਾਏ ਪਏ ਹੈ ਨਾ, ਭਾਵਾਂ ਕੋਈ ਸਿੱਖ ਹੀ ਹੋਏ, ਉਹ ਹਰ ਟਾਈਮ ਗੁਰੂ ਜੀ ਦੇ ਨਾਲ ਹੋਊਗਾ। ਓ ਬੱਲੇ ਬੱਲੇ, ਬਹੁਤ ਵਧੀਆ, ਬਹੁਤ ਵਧੀਆ, ਸ਼ਾਬਾਸ਼ ਭਾਈ, ਖਾਲਸਾ ਹੋਈ ਫਤਿਹ। ਇਹ ਜੀ ਆਪਾਂ ਹੁਣ ਵਿਲੇਜ ਸਿਨੇਮਾ ਮੈਲਬਨ ਦੇ ਮੈਲਬਨ ਤੋਂ ਬੋਲ ਰਹੇ ਹਾਂ। ਇਸ ਵਕਤ ਬਹੁਤ ਪੂਰਾ ਆਲਮੋਸਟ ਸ਼ੋਅ ਜਿਹੜਾ ਸੀਗਾ ਉਹ ਸਾਰਾ ਭਰਿਆ ਹੋਇਆ ਸੀ, ਤੁਸੀਂ ਦੇਖ ਸਕਦੇ ਹਾਂ। ਇਸ ਤੋਂ ਪਹਿਲਾਂ ਸ਼ੋਅ ਵੀ ਜਿਹੜੇ ਸੀਗੇ ਉਹ ਵੀ ਭਰੇ ਹੋਏ ਸੀ, ਅਤੇ ਬਹੁਤ ਵਧੀਆ ਤਰਸੇਮ ਜੱਸੜ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਸਾਰਿਆਂ ਨੇ ਬਹੁਤ ਵਧੀਆ ਐਕਟਿੰਗ ਕੀਤੀ। ਬਹੁਤ ਜ਼ਬਰਦਸਤ ਮੂਵੀ ਹੈ, ਸਾਰਿਆਂ ਨੂੰ ਰਿਕੁਐਸਟ ਕਰਦੇ ਕਿ ਸਾਰੇ ਜਾਣੇ ਦੇਖਣ ਆਉਣ। ਧੰਨਵਾਦ ਜੀ ਸਾਰਿਆਂ ਦਾ।